केपीडी न्यूज हक सच और इंसाफ की आवाज। ਬਾ ਕੋਟੀ ਸੇਖਾਂ ਦੇ ਨਾਲ ਲੱਗਦੇ ਪਿੰਡ ਗਲੋਟੀ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਉਸਦੇ ਨਸ਼ੇੜੀ ਘਰ ਵਾਲੇ ਨੇ ਨਸ਼ਿਆਂ ਦੀ ਲੱਤ ਵਿੱਚ ਲਾ ਦਿੱਤਾ। ਇਹ ਮਹਿਲਾ ਪਿਛਲੇ 4 ਸਾਲਾਂ ਤੋਂ ਘਰੋਂ ਬੇਘਰ ਹੋ ਕੇ ਨਸ਼ੇ ਦੀ ਲੱਤ ਨੂੰ ਪੂਰਾ ਕਰਦੀ ਆ ਰਹੀ ਸੀ, ਪਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਮਦਮੀ ਟਕਸਾਲ ਦੇ ਸੇਵਾਦਾਰਾਂ ਵੱਲੋਂ ਇਸ ਮਹਿਲਾ ਨੂੰ ਮੋਗਾ ਵਿਖੇ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਹੁਣ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਉਕਤ ਮਹਿਲਾ ਨੇ ਇਹਨਾਂ ਸੇਵਾਦਾਰਾਂ ਨਾਲ ਆਉਣ ਤੋਂ ਪਹਿਲਾਂ ਚਿੱਟਾ ਲਾਉਣ ਦੀ ਗੱਲ ਆਖੀ ਅਤੇ ਫਿਰ ਇਸਨੇ ਨਸ਼ੇ ਦਾ ਸੇਵਨ ਕੀਤਾ, ਪਰ ਮੌਕੇ 'ਤੇ ਹੀ ਸੇਵਾਦਾਰਾਂ ਵੱਲੋਂ ਉਸਦੀ ਵੀਡੀਓ ਬਣਾ ਕੇ ਮਾਮਲਾ ਮੀਡੀਆ ਸਾਹਮਣੇ ਲਿਆਇਆ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰੁਪਿੰਦਰ ਕੌਰ ਨਾਂ ਦੀ ਪੀੜਤ ਮਹਿਲਾ, ਜੋ ਕਿ ਪੜ੍ਹੀ ਲਿਖੀ ਹੈ, ਨੇ ਦੱਸਿਆ ਕਿ ਉਸਨੇ ਘਰ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਲਵ ਮੈਰਿਜ ਕਰਵਾਈ ਸੀ। ਉਸਦਾ ਪਤੀ ਪਿਆਰਾ ਸਿੰਘ, ਜੋ ਕਿ ਨਸ਼ਾ ਲੈਣ ਅਤੇ ਵੇਚਣ ਦਾ ਆਦੀ ਸੀ, ਜਦੋਂ ਉਸਨੂੰ ਪਤਾ ਚੱਲਿਆ ਤਾਂ ਉਸਨੇ ਪਰਿਵਾਰ ਵਾਲਿਆਂ ਨੂੰ ਦੱਸਣ ਦੀ ਗੱਲ ਆਖੀ, ਪਰ ਉਸਨੇ ਧੱਕੇ ਨਾਲ ਉਸਨੂੰ ਵੀ ਇਸ ਨਸ਼ੇ ਦਾ ਆਦੀ ਬਣਾ ਦਿੱਤਾ ਅਤੇ ਫਿਰ ਉਹਨਾਂ ਦਾ ਤਲਾਕ ਹੋ ਗਿਆ। ਕੀ ਨਾਮ ਵੀਰ ਜੀ ਤੁਹਾਡਾ? ਮੇਰਾ ਨਾਮ ਰਾਜਾ ਸਿੰਘ ਖਖਰਾਣਾ ਜੀ, ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਮਦਮੀ ਟਕਸਾਲ। ਅੱਜ ਤੁਸੀਂ ਇੱਕ ਲੇਡੀ ਨੂੰ ਇੱਥੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਕਰਾਇਆ, ਕੀ ਹੈ ਪੂਰਾ ਮਾਮਲਾ? ਪੂਰਾ ਮਾਮਲਾ ਜੀ, ਸਾਨੂੰ ਪਤਾ ਲੱਗਾ ਸੀ ਪਿਛਲੇ ਦਿਨੀ ਵੀ ਇੱਕ ਨੌਜਵਾਨ ਲੜਕੀ ਹੈ ਜਿਹੜੀ ਵੀ ਉਹ ਰੋਡਾਂ ਦੇ ਉੱਤੇ ਫਿਰਦੀ ਹੈ ਅਤੇ ਚਿੱਟਾ ਉਹ ਪੀਂਦੀ ਆ। ਕਿੱਥੇ? ਇਹ ਕੋਟੀ ਸੇਖਾਂ ਤੋਂ ਜੀਰਾ ਰੋਡ ਆ ਜਾਂ ਸ਼ਹਿਰ ਦੇ ਸਾਰੇ ਰੋਡਾਂ 'ਤੇ ਘੁੰਮਦੀ ਆ ਇਹ ਕੋਟੀ ਸੇਖਾਂ ਦੇ ਜੀ। ਅਤੇ ਉਦੋਂ ਬਾਅਦ ਦੇ ਵਿੱਚ ਜਦੋਂ ਅਸੀਂ ਅੱਜ ਉੱਥੇ ਗਏ ਅਤੇ ਅਸੀਂ ਪੜਤਾਲ ਕੀਤੀ ਆਪਦੇ ਪੱਧਰ 'ਤੇ, ਅਤੇ ਇਹ ਗੱਲ ਆ ਜਿਹੜੀ ਬਿਲਕੁਲ ਸਹੀ ਪਾਈ ਗਈ। ਉਦੋਂ ਬਾਅਦ ਫਿਰ ਅਸੀਂ ਇਹਨੂੰ ਲਿਆਣ ਕੇ ਇੱਥੇ SSP ਮੋਗਾ ਦੇ ਧਿਆਨ ਦੇ ਵਿੱਚ ਲਿਆਂਦਾ। ਉਦੋਂ ਬਾਅਦ ਅਸੀਂ ਇੱਥੇ ਜਸਮੀਤ ਸਿੰਘ ਸਿੱਧੂ ਆ ਹੋਸਪਿਟਲ ਇੱਥੇ ਐਡਮਿੰਟ ਇਹਨੂੰ ਕਰਾਇਆ। ਅਤੇ ਜਿਹੜਾ ਇਹ ਚਿੱਟੇ ਦੀ ਬਹੁਤ ਜ਼ਿਆਦਾ ਡੋਜ ਲੈਂਦੀ ਆ, ਜਿਹੜਾ ਇਹਨੂੰ ਇਹਦੇ ਕੋਈ ਘਰ ਵਾਲਾ ਜਿਹੜਾ ਪਹਿਲਾਂ ਜਿੱਥੇ ਮੈਰਿਜ ਹੋਈ ਸੀ ਉਹਨੇ ਇਹਨੂੰ ਲਾਇਆ ਇਸ ਚਿੱਟੇ 'ਤੇ ਸਾਨੂੰ ਇੱਥੇ। ਉਦੋਂ ਬਾਅਦ ਦੇ ਵਿੱਚ ਫਿਰ ਇਹਨੂੰ ਜਦੋਂ ਅਸੀਂ ਲੈ ਕੇ ਆਉਣ ਲੱਗੇ ਕਹਿੰਦੀ ਮੈਂ ਚਿੱਟਾ ਪੀਣਾ, ਫਿਰ ਜੋ ਚਿੱਟਾ ਪੀਣਾ ਅਤੇ ਇਹਨੇ ਫਿਰ ਚਿੱਟਾ ਉੱਥੇ ਸਾਡੇ ਖੜਿਆਂ ਇਹਨੇ ਨੇੜੇ ਪਿੰਡ ਦੋਲੇ ਵਾਲਾ ਉੱਥੋਂ ਇਹਨੇ ਚਿੱਟਾ ਲਿਆ। ਚਿੱਟਾ ਲਿਆਉਣ ਕੇ ਫਿਰ ਸਾਡੀ ਮੌਜੂਦਗੀ ਦੇ ਵਿੱਚ ਇਹਨੇ ਉੱਥੇ ਚਿੱਟਾ ਪੀਤਾ। ਸ਼ਰੇਆਮ ਉੱਥੇ ਚਿੱਟਾ ਵਿਕ ਰਿਹਾ ਸੀਗਾ ਦੋਲੇ ਵਾਲੇ ਪਿੰਡ ਦੇ ਵਿੱਚ, ਜਿੱਥੋਂ ਇਹ ਇੱਕ ਐਂ ਤੁਰਿਆ ਜਾਂਦਾ ਚੀਜ਼ ਲੈ ਆਉਂਦੀ, ਜਿਵੇਂ ਆਪਾਂ ਦੁਕਾਨ ਤੋਂ ਕੋਈ ਚੀਜ਼ ਲੈ ਕੇ ਆਉਣੀ ਉਸੇ ਤਰੀਕੇ ਦੇ ਨਾਲ 10 ਮਿੰਟਾਂ ਵਿੱਚ ਦੀ ਇਹ ਚਿੱਟਾ ਲਿਆਉਣ ਕੇ ਅਤੇ ਉੱਥੇ ਬਹਿ ਕੇ ਪੀਣ ਲੱਗ ਪਈ। ਸਾਡੇ ਮੌਜੂਦਗੀ ਦੇ ਵਿੱਚ ਇਹਨੇ ਪੀਤਾ ਜਦੋਂ ਅਸੀਂ ਇਹਨੂੰ ਲੈ ਕੇ ਆਉਣ ਲੱਗੇ ਹਾਂ ਜੀ। ਕਿੰਨੀ ਉਮਰ ਆ ਗਈ ਜਾਂਦੀ? ਇਹਦੀ ਉਮਰ 32 ਸਾਲ ਆ ਜੀ। ਕੀ ਇਹਨੇ ਦੱਸਿਆ ਕੀ ਤੁਹਾਨੂੰ? ਫਿਰ ਦੱਸਿਆ ਇਹਨੇ ਤਾਂ ਵੀ ਜਿੱਦਾਂ ਇਹਨੂੰ ਪਿਛਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਘਰ ਵਾਲਾ ਸੀ ਉਹਨੇ ਨਸ਼ਾ ਲਾਇਆ, ਜਦੋਂ ਹੌਲੀ ਹੌਲੀ ਵੱਧਦਿਆਂ ਵੱਧਦਿਆਂ ਦਾ ਫਿਰ ਤਲਾਕ ਹੋ ਗਿਆ। ਉਦੋਂ ਬਾਅਦ ਦੇ ਵਿੱਚ ਇਹਦੇ ਘਰਦਿਆਂ ਨੇ ਵੀ ਇਹਨੂੰ ਬੇਦਖਲ ਕਰਤਾ, ਮਾਪਿਆਂ ਨੇ ਵੀ, ਫਿਰ ਇਹ ਰੋਡਾਂ ਦੇ ਉੱਤੇ ਹੀ ਚਲੀ ਗਈ ਅਤੇ ਰੋਡਾਂ ਦੇ ਚਲਦੀ ਚਲਦੀ ਫਿਰ ਇਹਦਾ ਇੱਦਾਂ ਦਾ ਸਮਾਜ ਨੇ ਵੀ ਇਹਨੂੰ ਜਿਹੜਾ 20-20 ਰੁਪਈਆਂ ਦੇ ਵਿੱਚ ਜਿਹੜਾ ਇਹਦਾ ਸ਼ੋਸ਼ਣ ਕੀਤਾ ਉਹ ਸਾਰਾ ਉਹਨੇ ਪਹਿਲਾਂ ਦੱਸ ਹੀ ਦਿੱਤਾ ਤੁਹਾਨੂੰ। ਕਿੰਨੇ ਸਮੇਂ ਤੋਂ ਪਤਾ ਲੱਗਿਆ ਉਹ ਕਰਦੀ ਆ ਰਹੀ ਹੈ ਨਸ਼ੇ ਦਾ ਸੇਵਨ? 4 ਸਾਲ ਹੋ ਗਏ ਜੀ ਕਹਿੰਦੇ ਚਿੱਟਾ ਲਾਉਂਦੀ ਆ ਰਹੀ ਨੇ। ਤੁਹਾਡੀ ਸੰਸਥਾ ਨੇ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ, ਕਿ ਇਸ ਤੋਂ ਪਹਿਲਾਂ ਵੀ ਜਿਹੜਾ ਇਹੋ ਜਿਹਾ ਉਪਰਾਲਾ ਕਦੇ ਧਿਆਨ 'ਚ ਲਿਆਂਦਾ ਪ੍ਰਸ਼ਾਸਨ ਦੇ? ਔਰ ਪ੍ਰਸ਼ਾਸਨ ਦੇ ਇੱਕ ਦੋ ਵਾਰੀ ਅੱਗੇ ਵੀ ਅਸੀਂ ਨਸ਼ਿਆਂ ਵਾਲੇ ਕੇਸ ਲਿਆਂਦੇ ਸੀ, ਪਰ ਸਾਨੂੰ ਨਿਰਾਸ਼ਾ ਹੀ ਪੱਲੇ ਪਈ ਆ ਪਿਛਲੇ ਸਮੇਂ ਦੇ ਵਿੱਚ। ਅੱਜ ਪ੍ਰਸ਼ਾਸਨ ਨੇ ਸੰਯੋਗ ਦਿੱਤਾ ਥੋੜ੍ਹਾ ਜਿਹਾ, ਜੇ ਉਹਨਾਂ ਬੰਦਿਆਂ ਦਾ ਜਿਹੜਾ ਅਸੀਂ ਦੱਸਿਆ ਵੀ ਇਹ ਚਿੱਟਾ ਜਿੱਥੋਂ ਲਿਆ ਉਹਨਾਂ ਨੂੰ ਅਰੈਸਟ ਕਰਦੀ ਆ ਪੁਲਿਸ ਜਾਂ ਨਹੀਂ ਕਰਦੀ, ਇਹਦਾ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਜੀ। ਨਸ਼ੇ 'ਤੇ ਲਾਇਆ ਗਾ ਉਹਨੇ, ਆਪ ਨਸ਼ੇ 'ਤੇ ਲਾ ਕੇ ਵੀਰ ਜੀ ਮੈਨੂੰ ਤਲਾਕ ਦੇ ਦਿੱਤਾ। ਲਾਇਆ ਵੀ ਤਾਂ ਮੈਨੂੰ ਮੇਰੇ ਨੇ ਘਰ ਵਾਲੇ ਨੇ ਲਾਇਆ ਤੈਨੂੰ? ਘਰ ਵਾਲੇ ਨੇ। ਅੱਛਾ, ਚਿੱਟਾ ਪੀਣ? ਚਿੱਟਾ ਪੀਣ, ਹਾਂਜੀ। ਕਿੱਥੋਂ ਸੀ? ਉਹ ਜੈਮਲ ਵਾਲਾ ਸੀਗਾ। ਜੈਮਲ ਵਾਲਾ? ਜੈਮਲ ਵਾਲਾ ਲਾਗੇ ਪੁਰਾਣਾ ਜ਼ਿਲ੍ਹਾ ਜੈਮਲ ਵਾਲਾ। ਹਾਂ, ਅੱਛਾ। ਉਹਦੀ ਸਾਰੀ ਫੈਮਿਲੀ ਅਮਰੀਕਾ 'ਚ।
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज हक सच और इंसाफ की आवाज़ आपको रखे सबसे आगे।